ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦੀ ਨੁਮਾਇੰਦਾ ਜਮਾਤ ਸੀ, ਪਰਿਵਾਰਕ ਦਲ ਬਣ ਗਿਆ। ਇਹ ਛੋਟੇ ਹੁੰਦੇ ਹੁੰਦੇ ਕਿੰਨੇ ਲੋਕ ਵਿੱਚੋਂ ਚਲੇ ਗਏ ਨੇ, ਚੰਦੂ ਮਾਜਰਾ ਜੀ ਵਰਗੇ, ਢੀਂਡਸਾ ਸਾਹਿਬ ਵਰਗੇ, ਇਹਨਾਂ ਨੇ ਆਪ ਹੀ ਕੱਢਤੇ ਗਏ ਨੇ, ਬੀਬੀ ਜਗੀਰ ਕੌਰ ਆ ਜਾਂ ਹੋਰ ਕਿੰਨੇ ਕੁ ਨਾਮ ਨਾਲ। ਹੁਣ ਜਿਹੜਾ ਹੋਇਆ ਨਾ ਇਹ ਡਿੰਪੀ ਢਿੱਲੋਂ ਗਿੱਦੜਵਾਹਾ 'ਚ, ਉਹਦਾ ਬਹੁਤ ਬੜਾ ਆਧਾਰ ਹੈ। ਆਪਦੇ ਕੰਮ ਨਾਲ ਉਹਨੇ ਬਣਾਇਆ, ਪਾਰਟੀ ਦੀ ਇੱਕ ਐਸੈਟ ਸੀ। ਜਿਹੜਾ ਪ੍ਰਧਾਨ ਬਣਦਾ ਨਾ, ਪ੍ਰਧਾਨ ਕੋਈ ਇੱਕ ਬਣਦਾ, ਪਾਰਟੀ 'ਚ ਸਾਰੇ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਨਮਾਨ ਕਰਦੇ ਹੋਏ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਹੁੰਦੀ। ਆ ਅਜੇ ਸੁਖਬੀਰ ਸਿੰਘ ਬਾਦਲ ਉਹ ਸੁਪਨੇ 'ਚੋਂ ਬਾਹਰ ਨਹੀਂ ਆਏ ਕਿ ਉਹ ਡਿਪਟੀ CM ਨੇ, ਇਹਨਾਂ ਦੇ ਪਿਤਾ ਜੀ CM ਨੇ, ਉਹ ਅਕਾਲੀ ਦਲ ਦੇ ਪ੍ਰਧਾਨ ਵੀ ਨੇ, ਸਰਵੇ ਸਰਵਾ ਨੇ, ਜੋ ਮਰਜ਼ੀ ਕਹਿ ਦੇਣ। ਇਹ ਡਿੰਪੀ ਢਿੱਲੋਂ ਵਾਲੀ ਸਿੱਧੀ ਅਸਫਲਤਾ ਸੁਖਬੀਰ ਸਿੰਘ ਬਾਦਲ ਦੀ ਹੈ, ਔਰ ਮੈਂ ਸਮਝਦਾ ਕਿ ਅਕਾਲੀ ਦਲ ਦੀ ਕਾਮਯਾਬੀ 'ਤੇ ਪ੍ਰਸ਼ਨ ਚਿੰਨ੍ਹ ਹੀ ਲੱਗ ਗਿਆ ਕਿ ਆਖਰੀ ਉਸ 'ਚ ਸਾਹ 'ਚ। ਔਰ ਮੈਂ ਸਮਝਦਾ ਕਿ ਅਕਾਲੀ ਦਲ ਦੇ ਜਿਹੜੇ ਖੈਰ ਖਵਾਹ ਨੇ ਉਹਨਾਂ ਨੂੰ ਹੁਣ ਸੋਚਣਾ ਪਏਗਾ, ਕਿਉਂਕਿ ਇਹ ਪਾਰਟੀ ਚਲਾਉਣ 'ਚ ਅਸਫਲ ਰਹੇ ਆ। ਅਤੇ ਇਹਦਾ ਇੱਕ ਬਹੁਤ ਹੀ ਮੰਦਭਾਗੀ ਗੱਲ ਆ ਪੰਜਾਬ ਦੇ ਲਈ, ਪੰਜਾਬ ਦੀ ਖੇਤਰੀ ਪਾਰਟੀ, ਪੰਥ ਦੀ ਨੁਮਾਇੰਦਾ ਜਮਾਤ, ਪਰਿਵਾਰਕ ਗੱਲਬਾਤ।